ਤੇ ਠੀਕ ਹੈ ਉਪਾਸਨਾ ਸਿੰਘ ਜੀ ਸਾਡੇ ਇਸ ਵਕਤ ਲਾਈਨ ਤੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਹਾਂ ਉਪਾਸਨਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਹਿਲਾਂ ਦਾ ਸਵਾਗਤ ਪੰਜਾਬੀ ਬੀਟਸ ਦੇ ਅੱਜ ਦੇ ਸਪੈਸ਼ਲ ਆਰਟਿਸਟ ਆਫ ਦਾ ਵੀਕ ਸੈਗਮੈਂਟ ਚ ਸਤਿ ਸ਼੍ਰੀ ਅਕਾਲ ਸਤਿੰਦਰ ਜੀ ਪੰਜਾਬੀ ਬੀਟ ਸੁਣਨ ਵਾਲੇ ਸਾਰੇ ਸਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਜੈ ਹਿੰਦ ਜੈ ਹਿੰਦ ਸਤਿ ਸ਼੍ਰੀ ਅਕਾਲ ਨਮਸਤੇ ਜੀ ਛੋਟੀ ਉਮਰ ਦੇ ਵਿੱਚ ਬਹੁਤ ਘੱਟ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਸ਼ੌਕ ਔਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਸੀ ਘਰ ਦੀਆਂ ਕੁਝ ਤੰਗੀਆਂ ਤੁਰਸ਼ੀਆਂ ਵੀ ਸੀ ਮਜਬੂਰੀਆਂ ਵੀ ਸੀ ਅਤੇ ਉਸ ਦੇ ਬਾਵਜੂਦ ਬਹੁਤ ਤੁਹਾਨੂੰ ਪੇਰੈਂਟਸ ਦਾ ਸਹਿਯੋਗ ਮਿਲਿਆ ਛੋਟੀ ਉਮਰ ਤੋਂ ਐਕਟਿੰਗ ਕਰਦੇ ਰਹੇ ਅਤੇ ਬਹੁਤ ਸਾਰੀਆਂ ਮਹਿਫਲਾਂ ਦੇ ਵਿੱਚ ਸਕੂਲ ਟਾਈਮ ਤੋਂ ਲੈ ਕੇ ਕਾਲਜ ਟਾਈਮ ਤੱਕ ਉਪਾਸਨਾ ਸਿੰਘ ਹੋਣਾ ਦਾ ਜਿਹੜਾ ਚਿਹਰਾ ਸੀ ਉਹਦਾ ਜ਼ਿਕਰ ਹੋਣ ਲੱਗ ਪਿਆ ਸੀ ਪਲੱਸ ਤੁਹਾਡੀ ਐਕਟਿੰਗ ਦਾ ਅੱਛਾ ਉਹ ਜਿਹੜਾ ਉਪਾਸਨਾ ਜੀ ਸਟਾਰਟਿੰਗ ਟਾਈਮ ਹੁੰਦਾ ਵਾ ਹਰ ਆਰਟਿਸਟ ਦੇ ਵਾਸਤੇ ਬਹੁਤ ਮੈਂ ਕਹਿ ਸਕਦਾ ਕਿ ਇੱਕ ਤਾਂ ਇੱਦਾਂ ਦਾ ਦੌਰ ਜਦੋਂ ਕਿ ਤੁਸੀਂ ਸਟਰਗਲ ਕਰ ਰਹੇ ਹੁੰਦੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਮੈਂ ਫਿਰ ਜਾਣਾ ਕਿੱਥੇ ਆ 1986-85 ਦੇ ਵਿੱਚ ਤੁਸੀਂ ਫਿਲਮਾਂ ਰਾਜਸਥਾਨੀ ਅਤੇ ਫਿਰ ਉਸ ਤੋਂ ਬਾਅਦ 'ਚ ਪੰਜਾਬੀ ਫਿਲਮਾਂ ਵਾਲੇ ਪਾਸੇ ਆ ਗਏ ਸੋ ਐਕਟਿੰਗ ਦਾ ਉਹ ਬਚਪਨ ਦਾ ਦੌਰ ਅਤੇ ਫਿਰ ਇੱਥੋਂ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ ਉਪਾਸਨਾ ਸਿੰਘ ਜੀ ਜਿਵੇਂ ਤੁਸੀਂ ਕਿਹਾ ਕਿ ਪੇਰੈਂਟਸ ਨੇ ਮੇਰੇ ਬਹੁਤ ਸਪੋਰਟ ਕੀਤਾ ਤੇ ਮੇਰੇ ਸਭ ਤੋਂ ਜ਼ਿਆਦਾ ਜੇ ਮੈਨੂੰ ਕਿਸੇ ਨੇ ਮੇਰਾ ਸਾਥ ਦਿੱਤਾ ਤਾਂ ਉਹ ਮੇਰੀ ਮਦਰ ਸੀਗੇ ਕਿਉਂਕਿ ਉਹ ਮੈਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਸੀ ਜਿਵੇਂ ਕਿ ਬਚਪਨ ਚ ਕਿਸੇ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਬਣੂਗੀ ਜਾਂ ਕੀ ਬਣੂਗਾ ਤੇ ਮੈਂ ਕਹਿੰਦੀ ਸੀ ਮੈਂ ਐਕਟਰੈਸ ਬਣੂਗੀ ਔਰ ਉਸ ਟਾਈਮ ਮਤਲਬ ਇੱਕ ਤਾਂ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤੇ ਫਿਰ ਸਾਰੇ ਕਹਿੰਦੇ ਸੀ ਔਰ ਫਿਲਮ ਲਾਈਨ ਨੂੰ ਇੰਨਾ ਅੱਛਾ ਵੀ ਨਹੀਂ ਉਸ ਟਾਈਮ ਮੰਨਿਆ ਜਾਂਦਾ ਸੀ ਤੇ ਸਾਰੇ ਕਹਿੰਦੇ ਸੀ ਨਹੀਂ ਨਹੀਂ ਸਾਡੀ ਕੁੜੀ ਫਿਲਮ ਲਾਈਨ ਚ ਨਹੀਂ ਜਾਏਗੀ ਸਾਰਿਆਂ ਨੇ ਰਿਸ਼ਤੇਦਾਰਾਂ ਨੇ ਔਰ ਸਾਰਿਆਂ ਨੇ ਕਿਹਾ ਨਹੀਂ ਕੋਈ ਇਹਦੇ ਚ ਤਾਂ ਇੰਡਸਟਰੀ ਅੱਛੀ ਨਹੀਂ ਔਰ ਸਭ ਨਾ ਪਰ ਮੇਰੀ ਮਦਰ ਉਸ ਟਾਈਮ ਬਹੁਤ ਹੀ ਐਜੂਕੇਟਿਡ ਲੇਡੀ ਸੀ ਮਤਲਬ ਜਦੋਂ ਕੁੜੀਆਂ ਨਹੀਂ ਪੜ੍ਹਦੀਆਂ ਸੀ ਉਦੋਂ ਵੀ ਮੇਰੇ ਮੰਮੀ ਨੇ ਬਹੁਤ ਅੱਛੀ ਐਜੂਕੇਸ਼ਨ ਲਈ ਤੇ ਮੰਮੀ ਬਹੁਤ ਮੈਨੂੰ ਅੰਡਰਸਟੈਂਡ ਕਰਦੇ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਮੇਰੀਆਂ ਬੱਚੀਆਂ ਮੇਰੀ ਇੱਕ ਵੱਡੀ ਭੈਣ ਵੀ ਹੈ ਕਿ ਜੋ ਮੇਰੀ ਬੇਟੀਆਂ ਚਾਹੁੰਦੀਆਂ ਉਹੀ ਹੋਏਗਾ ਤੇ ਮੰਮੀ ਦਾ ਬਹੁਤ ਜ਼ਿਆਦਾ ਸਾਥ ਰਿਹਾ ਔਰ ਮੈਂ ਇਹੀ ਕਹੂੰਗੀ ਕਿ ਮੇਰੀ ਮਦਰ ਔਰ ਮੇਰੀ ਭੈਣ ਦੀ ਵਜ੍ਹਾ ਨਾਲ ਜੇ ਅੱਜ ਮੈਂ ਕਿਸੇ ਵੀ ਮੁਕਾਮ ਤੇ ਪਹੁੰਚੀ ਹਾਂ ਤੇ ਉਹ ਦੋਨਾਂ ਦੀ ਵਜ੍ਹਾ ਨਾਲ ਪਹੁੰਚੀ ਹਾਂ ਤੇ ਮੈਂ ਬਹੁਤ ਛੋਟੀ ਉਮਰ ਚ ਹੀ ਮੈਨੂੰ ਪੁੱਛਦੇ ਸੀ ਕਿ ਕੀ ਕਰੂੰਗੀ ਤਾਂ ਮੈਂ ਕਹਿੰਦੀ ਸੀ ਮੈਂ ਐਕਟਰੈਸ ਬਣੂੰਗੀ ਔਰ ਫਿਰ ਮੈਂ ਜਲੰਧਰ ਟੀਵੀ ਚ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਫਿਰ ਮੈਂ ਯੂਥ ਫੈਸਟੀਵਲ ਚ ਜਾਂਦੀ ਰਹੀ ਫਿਰ ਮੈਂ MA ਵੀ ਉਹਦੇ ਚ ਹੀ ਕੀਤੀ MA ਇਨ ਡਰਾਮੈਟਿਕ ਆਰਟ ਔਰ ਮੈਂ ਮਤਲਬ ਮੇਰੇ ਸਬਜੈਕਟਸ ਵੀ ਪੇਂਟਿੰਗ ਡਾਂਸ ਐਂਡ ਮਿਊਜ਼ਿਕ ਰਹੇ ਤੇ ਮਤਲਬ ਮੈਂ ਆਪਣੀ ਉਹਦੇ ਚ ਮੈਂ ਕਾਫੀ ਅੱਛੀ ਸੀ ਜਿਹੜੀ ਨਾ ਇਹ ਮੈਨੂੰ ਪੜ੍ਹਨ ਚ ਕੁਛ ਖਾਸ ਇੰਟਰਸਟ ਨਹੀਂ ਸੀ ਪਰ ਮੈਨੂੰ ਜਿਹੜੀਆਂ ਮੇਰੀ ਜਿਹੜੀਆਂ ਇੱਛਾ ਦੀਆਂ ਚੀਜ਼ਾਂ ਸੀ ਜਿੱਦਾਂ ਪੇਂਟਿੰਗ ਹੋ ਗਿਆ ਜਾਂ ਮਿਊਜ਼ਿਕ ਹੋ ਗਿਆ ਇਹ ਸਾਰੀਆਂ ਚੀਜ਼ਾਂ ਔਰ ਡਾਂਸ ਹੋ ਗਿਆ ਪਲੇਸ ਹੋ ਗਏ ਡਿਬੇਟ ਹੋ ਗਿਆ ਇਹਨਾਂ ਚ ਮੈਨੂੰ ਕਾਫੀ ਇੰਟਰਸਟ ਰਿਹਾ ਔਰ ਮੈਂ ਹਮੇਸ਼ਾ ਜਿੱਤ ਜਾਂਦੀ ਸੀ ਇਹਦੇ ਚ ਮਤਲਬ ਮੈਂ ਪੜ੍ਹਾਈ ਚ ਉਨੀ ਲਾਇਕ ਨਹੀਂ ਸੀ ਪਰ ਮੈਂ ਇਹਨਾਂ ਚੀਜ਼ਾਂ ਚ ਕਾਫੀ ਲਾਇਕ ਸੀ ਔਰ ਮੈਂ ਕਾਫੀ ਅਵਾਰਡ ਲਏ ਮੈਂ ਰੇਡੀਓ ਸਟੇਸ਼ਨ ਤੇ ਵੀ ਕੰਮ ਕੀਤਾ ਛੋਟੇ ਬਚਪਨ ਚ ਹੀ ਨਾ ਜਦੋਂ ਮੈਂ ਛੁੱਟੀ ਸੀ ਔਰ ਮੈਂ ਜਦੋਂ 8ਵੀਂ 9ਵੀਂ ਚ ਹੋਈ ਮੈਂ ਆਪਣੀ ਮੰਮੀ ਨੂੰ ਕਹਿੰਦੀ ਸੀ ਮੈਨੂੰ ਬੰਬੇ ਭੇਜ ਦਿਓ ਮੈਂ ਹੀਰੋਇਨ ਬਣਨਾ ਤੇ ਮੰਮੀ ਨੇ ਕਿਹਾ ਕਿ ਨਹੀਂ ਪਹਿਲਾਂ ਸਟੱਡੀ ਜ਼ਰੂਰ ਕੰਪਲੀਟ ਕਰਨੀ ਹੈ ਕਿਉਂਕਿ ਜ਼ਿੰਦਗੀ ਮੈਂ ਤਾਂ ਕਿਸੇ ਨੂੰ ਵੀ ਨਹੀਂ ਜਾਣਦੀ ਸੀ ਇੱਥੇ ਬੰਬੇ ਚ ਨਾ ਕਿਉਂਕਿ ਸਾਡੀ ਫੈਮਿਲੀ ਚ ਤਾਂ ਕੋਈ ਵੀ ਇਸ ਲਾਈਨ ਚ ਨਹੀਂ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਤੁਸੀਂ ਐਜੂਕੇਸ਼ਨ ਕੰਪਲੀਟ ਕਰ ਲਓ ਜੇ ਬਾਏ ਚਾਂਸ ਕਿਤੇ ਕਦੀ ਪ੍ਰੋਬਲਮ ਹੋਈ ਕਿ ਨਹੀਂ ਕਰ ਪਾਏ ਤਾਂ ਇੰਨਾ ਤਾਂ ਹੋਣਾ ਚਾਹੀਦਾ ਹੈ ਕਿ ਤੁਸੀਂ ਕੋਈ ਜੋਬ ਕਰ ਸਕੋ ਤੇ ਮੈਨੂੰ ਪਰ ਪੜ੍ਹਨ ਚ ਬਿਲਕੁਲ ਇੰਟਰਸਟ ਨਹੀਂ ਸੀ ਇਸ ਕਰਕੇ ਮੰਮੀ ਨੇ ਮੈਨੂੰ ਉਹੀ ਚੀਜ਼ਾਂ ਚ ਮੈਨੂੰ ਪਾਇਆ ਜਿੱਦਾਂ ਮੇਰੇ ਸਬਜੈਕਟਸ ਵੀ ਮੈਨੂੰ ਉਹੀ ਲੈ ਕੇ ਦਿੱਤੇ ਜਿੰਨਾ ਚ ਮੈਨੂੰ ਇੰਟਰਸਟ ਸੀ ਫਿਰ ਮੈਂ ਜਦੋਂ ਮੈਂ ਸਟੱਡੀ ਕਰ ਰਹੀ ਸੀ ਤਾਂ ਮੇਰੀ ਮੌਸੀ ਇੱਥੇ ਰਹਿੰਦੇ ਸੀ ਚੈਂਬੂਰ ਚ ਬੰਬੇ ਮੈਂ ਉਹਨਾਂ ਨੂੰ ਮਿਲਣ ਆਉਂਦੀ ਸੀ ਤਾਂ ਮੈਂ ਹੋਰ ਪ੍ਰੋਡਿਊਸਰਸ ਡਾਇਰੈਕਟਰਸ ਨੂੰ ਮਿਲਦੀ ਸੀ ਤੇ ਇਸ ਕਰਕੇ ਮੈਨੂੰ ਬਹੁਤ ਜਲਦੀ ਕੰਮ ਮਿਲਿਆ ਉਦੋਂ ਮਤਲਬ ਮੈਂ ਛੁੱਟੀਆਂ ਦੇ ਵਿੱਚ ਆਉਣਾ ਤੇ ਮੈਨੂੰ ਨਾ ਇਹਨਾਂ ਨੇ ਮੈਂ 4 ਫਿਲਮਾਂ ਕੀਤੀਆਂ ਉਸ ਦੌਰਾਨ ਜਦੋਂ ਮੈਂ ਸਟੱਡੀ ਕਰ ਰਹੀ ਸੀ ਇੱਕ ਦਾ ਨਾਮ ਹੈ ਬਦਲਾ ਜੱਟੀ ਦਾ ਪੰਜਾਬੀ ਫਿਲਮ ਕਾਫੀ ਸੁਪਰ ਡੁਪਰ ਹਿੱਟ ਰਹੀ ਫਿਰ ਮੈਂ ਕੀਤੀ ਸੀ 22-40 ਸਾਸਰੀਏ ਇਹ ਮਾਰਵਾੜੀ ਫਿਲਮ ਸੀ ਔਰ ਇਹ ਮੇਰੀ ਫਸਟ ਫਿਲਮ ਸੀ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡੀ ਹਿੱਟ ਰਾਜਸਥਾਨ ਚ ਕੋਈ ਫਿਲਮ ਹੋਈ ਹੈ ਮਤਲਬ ਬਹੁਤ ਹੀ ਵੱਡੀ ਹਿੱਟ ਹੋਈ ਸੀ ਹੀਰੋਇਨ ਓਰੀਐਂਟਿਡ ਸਬਜੈਕਟ ਸੀ ਫਿਰ ਮੈਂ ਇੱਕ ਗੁਜਰਾਤੀ ਫਿਲਮ ਕੀਤੀ ਸੀ ਉਹਦਾ ਨਾਮ ਸੀ ਅਹਮਦਾਬਾਦ ਨੂੰ ਰਿਕਸ਼ਾ ਵਾਲੋ
ਕੇਸੀ ਬੋਕਾਡੀਆ ਦੀ ਫਿਲਮ ਸੀ ਔਰ ਅਸਟਾਨੀ ਜੀ ਨੇ ਡਾਇਰੈਕਟ ਕੀਤੀ ਸੀ। ਅਸਟਾਨੀ ਜੀ ਜਿਹੜੇ ਐਕਟਰ ਕਮੇਡੀਅਨ ਹੈਗੇ ਤੇ ਬਹੁਤ ਬਹੁਤ ਵੱਡੀ ਹਿੱਟ ਰਹੀ ਹੈ ਵੀ। ਫਿਰ ਉਦੋਂ ਹੀ ਮੈਂ ਇੱਕ ਹਿੰਦੀ ਫਿਲਮ ਕੀਤੀ ਰਾਮਵਤੀ, ਉਹ ਵੀ ਸੁਪਰ ਡੁਪਰ ਹਿੱਟ ਰਹੀ ਔਰ ਇਹਨਾਂ ਸਾਰੀਆਂ ਫਿਲਮਾਂ ਚ ਮੇਰੇ ਰੋਲ ਬਹੁਤ ਅੱਛੇ ਸੀ ਤੇ ਇਸ ਕਰਕੇ ਜਦੋਂ ਮੈਂ ਬੰਬੇ ਆਈ ਉਦੋਂ ਮੈਨੂੰ ਸਾਰੇ ਲੋਕ ਜਾਣਦੇ, ਇੰਡਸਟਰੀ ਦੇ ਲੋਕ ਘੱਟ ਤੋਂ ਘੱਟ ਜਾਣਦੇ। ਅੱਛਾ ਇੱਕ ਹੋਰ ਸਵਾਲ ਬਣਦਾ, ਹੁਣ ਤੁਹਾਨੂੰ ਬਹੁਤ ਸਾਰੇ ਸ਼ੋਜ਼ ਦੇ ਵਿੱਚ ਲੋਕ ਦੇਖਦੇ ਨੇ, ਇੱਕ ਚੀਜ਼ ਅਸੀਂ ਹਮੇਸ਼ਾ ਰੈਕੋਗਨਾਈਜ਼ ਕਰਦੇ ਹਾਂ ਉਪਾਸਨਾ ਸਿੰਘ ਜੀ ਨੂੰ ਦੇਖ ਕੇ, ਉਹ ਆ ਕਿ ਤੁਹਾਡੇ ਕੌਮਿਕ ਰੋਲਸ ਇਹ ਕਿੱਦਾਂ ਤੁਹਾਨੂੰ ਆਪ ਹੀ ਸਿਲਸਿਲੇਵਾਰ ਔਫਰ ਹੁੰਦੇ ਰਹੇ, ਕੁਝ ਔਫਰ ਹੀ ਇੱਦਾਂ ਦੇ ਆਉਂਦੇ ਰਹੇ, ਜਾਂ ਤੁਸੀਂ ਵੀ ਦਿਮਾਗ 'ਚ ਕਿਤੇ ਨਾ ਕਿਤੇ ਰੱਖਿਆ ਸੀ ਕਿ ਮੈਨੂੰ ਜ਼ਿਆਦਾ ਸੂਟ ਕਰਦੇ ਨੇ, ਆਈ ਐਮ ਮੱਚ ਕੰਫਰਟੇਬਲ ਵਿਦ ਦ ਕੌਮਿਕ ਰੋਲਸ, ਤਾਂ ਕਿੱਦਾਂ ਦਾ ਤੁਹਾਨੂੰ ਉਦੋਂ ਮਤਲਬ ਜਦੋਂ ਰੋਲ ਔਫਰ ਹੁੰਦੇ ਸੀ ਤੇ ਉਹਦੇ ਵਿੱਚ ਕਿੱਦਾਂ ਦੀ ਖਿੱਚ ਰਹੀ? ਨਹੀਂ ਏਦਾਂ ਨਹੀਂ, ਇਹ ਮੇਰੀ ਤੁਸੀਂ ਹੁਣ ਦੀ ਗੱਲ ਕਰ ਰਹੇ ਹੋ ਜਦੋਂ ਮੈਂ ਕਾਮੇਡੀ ਰੋਲਸ ਕਰ ਰਹੀ ਹਾਂ, ਪਰ ਮੇਰਾ ਸਟਾਰਟ ਹੀਰੋਇਨ ਦੇ ਰੋਲ ਤੋਂ ਹੀ ਹੋਇਆ। ਮਤਲਬ ਜਿਹੜੇ ਜਿੱਦਾਂ ਹੀਰੋਇਨਸ ਹੁੰਦੀਆਂ ਓਦਾਂ ਦੇ ਰੋਲ ਸੀ ਸਾਰੇ ਤੇ, ਔਰ ਮੈਂ ਬਹੁਤ ਖੁਸ਼ਕਿਸਮਤ ਰਹੀ ਕਿ ਮੈਨੂੰ ਇੰਡੀਆ ਦੀਆਂ ਤਕਰੀਬਨ ਸਾਰੀਆਂ ਭਾਸ਼ਾ ਚ ਮੈਂ ਐਸ ਲੀਡ ਐਕਟਰਸ ਕੰਮ ਕੀਤਾ। ਤੇ ਫਿਰ ਮੈਂ ਜਦੋਂ ਮੈਂ ਕੁਛ ਜ਼ਿਆਦਾ ਏਜ ਨਹੀਂ ਸੀ, ਮੇਰੀ 20-21 ਸਾਲ ਦੀ ਸੀ ਮੈਂ ਉਦੋਂ, ਮੈਨੂੰ ਇੱਕ ਫਿਲਮ ਆਫਰ ਹੋਈ ਜਿਹਦਾ ਨਾਮ ਸੀਗਾ ਲੋਫਰ। ਹਾਂਜੀ ਜੀ 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 ਕਪੂਰ ਜੀ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ, ਮੈਂ ਉਦੋਂ ਪਰ ਹੀਰੋਇਨ ਦੇ ਰੋਲ ਕਰ ਰਹੀ ਸੀ। ਪਹਿਲਾਂ ਤਾਂ ਮੈਨੂੰ ਸਾਰਿਆਂ ਨੇ ਮਨਾ ਕੀਤਾ ਕਿ ਉਪਾਸਨਾ ਤੈਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਤੂੰ ਤਾਂ ਆਲਰੇਡੀ ਲੀਡ ਰੋਲਸ ਕਰ ਰਹੀ ਹੈ, ਤੈਨੂੰ ਕੀ ਜ਼ਰੂਰਤ ਹੈ ਕਰਨ ਦੀ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਥੀਏਟਰ ਤੋਂ ਹੈ, ਮੈਂ ਥੀਏਟਰ ਤੋਂ ਬਿਲੋਂਗ ਕਰਦੀ, ਮੈਂ ਐਮ ਏ ਵੀ ਉੱਥੇ ਕੀਤੀ ਹੈ ਐਮ ਏ ਡਰਾਮੈਟਿਕ ਆਰਟ, ਤੇ ਮੈਨੂੰ ਨਾ ਡਿਫਰੈਂਟ ਤਰ੍ਹਾਂ ਦੇ ਰੋਲਸ ਕਰਨਾ, ਡਿਫਰੈਂਟ ਲੈਂਗੁਏਜਸ ਚ ਕੰਮ ਕਰਨਾ ਮੈਨੂੰ ਬਹੁਤ ਪਸੰਦ ਸੀ। ਤੇ ਮੈਂ ਕਿਹਾ ਕਿ ਨਹੀਂ, ਮੈਂ ਮਤਲਬ ਕਿਉਂਕਿ ਮੈਂ ਥੀਏਟਰ ਐਕਟਰਸ ਹਾਂ ਤਾਂ ਮੈਨੂੰ ਡਿਫਰੈਂਟ ਰੋਲ ਚ ਜ਼ਿਆਦਾ ਮਜ਼ਾ ਆਉਂਦਾ। ਮੈਂ ਫਿਰ ਕਿਹਾ ਨਹੀਂ, ਇਹ ਵੀ ਇੱਕ ਚੈਲੰਜ ਹੈ ਤੇ ਡੈਫੀਨੇਟਲੀ ਮੈਨੂੰ ਕਰਨਾ ਚਾਹੀਦਾ। ਔਰ ਜਦੋਂ ਮੈਂ ਉਹ ਰੋਲ ਕੀਤਾ, ਉਹ ਫਿਲਮ ਬਹੁਤ ਵੱਡੀ ਹਿੱਟ ਹੋ ਗਈ। ਲੋਫਰ ਮੇਰੀ ਫਸਟ ਐਸੀ ਫਿਲਮ ਸੀ ਜਿਹਦੇ ਚ ਮੈਂ ਕਾਮੇਡੀ ਰੋਲ ਕੀਤਾ, ਉਸ ਤੋਂ ਪਹਿਲਾਂ ਮੈਂ ਸਿਰਫ ਹੀਰੋਇਨ ਦੇ ਹੀ ਰੋਲ ਕਰਦੀ ਸੀ। ਤੇ ਫਿਰ ਉਸ ਤੋਂ ਬਾਅਦ ਮੈਨੂੰ ਜੁਦਾਈ ਮਿਲ ਗਈ, ਜੁਦਾਈ ਜਿਹੜੀ ਹੈ ਉਹਦੇ ਚ ਮੇਰਾ ਡਬਲ ਰੋਲ ਸੀ, ਡੇਵਿਡ ਉਹ ਰਾਜ ਕੰਵਰ ਨੇ ਡਾਇਰੈਕਟ ਕੀਤੀ ਸੀ, ਉਹ ਵੀ ਬਹੁਤ ਵੱਡੀ ਹਿੱਟ ਹੋ ਗਈ। ਫਿਰ ਮੁਝਸੇ ਸ਼ਾਦੀ ਕਰੋ, ਸਰਫਰੋਸ਼ ਚ ਤਾਂ ਖੈਰ ਕਾਮੇਡੀ ਨਹੀਂ ਸੀ, ਮੇਰਾ ਡਿਫਰੈਂਟ ਤਰ੍ਹਾਂ ਦਾ ਰੋਲ ਸੀ ਉਹਦੇ ਚ। ਔਰ ਫਿਰ ਮਾਈ ਫਰੈਂਡ ਗਣੇਸ਼ਾ, ਉਹ ਵੀ ਕਾਮੇਡੀ ਨਹੀਂ ਸੀ, ਉਹਦੇ ਚ ਵੀ ਮੇਰਾ ਅਲੱਗ ਤਰ੍ਹਾਂ ਦਾ ਰੋਲ ਸੀ। ਮਤਲਬ ਮੈਂ ਬਹੁਤ ਖੁਸ਼ਕਿਸਮਤ ਰਹੀ ਕਿ ਮੈਨੂੰ ਅਲੱਗ ਅਲੱਗ ਤਰ੍ਹਾਂ ਦੇ ਰੋਲਸ ਮਿਲਦੇ ਰਹੇ। ਪਰ ਫਿਰ ਕਾਮੇਡੀ, ਮੈਂ ਬਿਲਕੁਲ ਕਾਮੇਡੀ ਜਦੋਂ ਮੈਂ ਕਰਨੀ ਸ਼ੁਰੂ ਕੀਤੀ ਉਹ ਟਾਈਮ ਸੀ ਜਦੋਂ ਮੈਂ ਕਪਿਲ ਸ਼ੋਅ ਕੀਤਾ, ਔਰ ਉਹ ਜਿਹੜਾ ਕਪਿਲ ਸ਼ੋਅ ਮੇਰਾ ਬਹੁਤ ਹਿੱਟ ਹੋ ਗਿਆ। 2-2.5 ਸਾਲ ਅਸੀਂ ਨੰਬਰ 1 ਤੇ ਰਹੇ ਕਲਰਸ ਤੇ ਜਦੋਂ ਉਹ ਸ਼ੋਅ ਚੱਲਦਾ ਸੀਗਾ, ਤੇ ਉਹ ਇੰਨਾ ਜ਼ਿਆਦਾ ਹਿੱਟ ਸੀਗਾ ਕਿ ਲੋਕਾਂ ਨੇ ਮੈਨੂੰ ਉਹਦੇ ਚ ਬਹੁਤ ਲਾਈਕ ਕੀਤਾ, ਔਰ ਲੋਕਾਂ ਦੇ ਦਿਮਾਗ ਚ ਮੇਰੀ ਉਹ ਇਮੇਜ ਬੈਠ ਗਈ। ਉਹਦੇ ਨਾਲ ਕੀ ਹੋਇਆ ਕਿ ਮੈਨੂੰ ਸਾਰੇ ਰੋਲਸ ਵੈਸੇ ਆਫਰ, ਕਿਉਂਕਿ ਇੱਥੇ ਜੇ ਕੋਈ ਚੀਜ਼ ਹਿੱਟ ਹੁੰਦੀ ਹੈ, ਹਿੱਟ ਤਾਂ ਖੈਰ ਮੇਰੀਆਂ ਪਹਿਲੀਆਂ ਫਿਲਮਸ ਵੀ ਬਹੁਤ ਹਿੱਟ ਰਹੀਆਂ, ਪਰ ਇਹ ਸ਼ਾਇਦ ਲੋਕਾਂ ਦੇ ਦਿਮਾਗ ਚ ਬੈਠ ਗਿਆ। ਫਿਰ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਓਦਾਂ ਦੇ ਰੋਲ ਦੇਣ ਲੱਗ ਗਏ, ਔਰ ਮੈਨੂੰ ਖੁਦ ਨੂੰ ਵੀ ਅੱਛਾ ਲੱਗਣ ਲੱਗ ਗਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਏਦਾਂ ਕਰਕੇ ਲੋਕਾਂ ਨੂੰ ਹਸਾ ਸਕਦੀ ਹਾਂ। ਕਪਿਲ ਸ਼ਰਮਾ ਹੋਣਾ ਨੇ ਵੀ ਯਕੀਨਨ ਤੁਹਾਨੂੰ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ, ਲੇਕਿਨ ਜਿਹੜੇ ਤੁਸੀਂ ਕਰੈਕਟਰ ਮਾਸੀ ਦਾ ਵੀ ਕੀਤਾ, ਭੂਆ ਦਾ ਵੀ, ਉਹਨਾਂ ਨੇ ਕਿੱਦਾਂ ਤੁਹਾਡੇ ਤੱਕ ਅਪਰੋਚ ਕੀਤੀ ਸੀ ਕਿ ਉਪਾਸਨਾ ਜੀ ਸਾਡੇ ਕੋਲ ਹੈਗਾ ਤੁਹਾਡੇ ਵਾਸਤੇ ਇੱਕ ਰੋਲ ਸ਼ੋਅ ਦੇ ਵਿੱਚ? ਥੋੜਾ ਡਿਲੇ ਹੋ ਗਿਆ ਕਪਿਲ ਨੇ ਉਦੋਂ ਇਹਨਾਂ ਨੂੰ ਕਿਹਾ ਕਿ ਮੈਂ ਇੱਕ ਕੌਮੀ ਸ਼ੋਅ ਲੈ ਕੇ ਆਉਂਦਾ, ਤਾਂ ਸਾਨੂੰ ਸਿਰਫ 26 ਐਪੀਸੋਡ ਸੀ ਉਦੋਂ ਕਪਿਲ ਨੂੰ ਉਹਨਾਂ ਨੇ ਮਨਜ਼ੂਰੀ ਦਿੱਤੀ ਸੀਗੀ ਕਿ 26 ਉਦੋਂ ਤੱਕ ਕਿ ਅਨਿਲ ਕਪੂਰ ਜੀ ਦਾ ਸ਼ੋਅ ਆ ਜਾਏਗਾ, ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਜਦ ਤੀਕਰ ਉਹ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਇਹ ਕਰ ਲਓ। ਤੇ ਫਿਰ ਕਪਿਲ ਨੇ ਮੈਨੂੰ ਅਪਰੋਚ ਕੀਤਾ ਔਰ ਉਹਨੇ ਉਹ ਮੇਰਾ ਆਏ ਸੀ ਕਪਿਲ, ਔਰ ਉਹਨਾਂ ਨੇ ਮੈਨੂੰ ਕਿਹਾ ਉਪਾਸਨਾ ਜੀ ਅਸੀਂ ਇੱਕ ਰੋਲ ਹੈਗਾ ਏਦਾਂ। ਹੈਲੋ, ਸੋ ਕਾਲ ਕੱਟੀ ਗਈ ਲੇਕਿਨ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਜੀ, ਥੋੜ੍ਹੀ ਜਿਹੀ ਡਿਸਟਰਬੈਂਸ ਆ ਰਹੀ ਹੈ ਇਸ ਵਕਤ, ਮੈਨੂੰ ਲੱਗਦਾ ਨੰਬਰ ਅਮਨ ਮਿਲਾ ਰਹੇ ਨੇ ਲੇਕਿਨ ਨੰਬਰ ਮਿਲ ਨਹੀਂ ਰਿਹਾ।
उपासना सिंह जी ने जिथे तुहानू पता है कि सुपर डुपर हिंदी फिल्म आ उहदे विच डर फिल्म सी, डर तो लैके बहुत सारी जुड़वा फिल्म ते बहुत सारियां होर हिंदी मूवी सी, उहदे नाल नाल पंजाबी मूवीज़ दे विच वी बदला जट्टी तो स्टार्ट कीता ते ठीक उस तो बाद बहुत सारियां पंजाबी फिल्मां भी कीतियां। सो उपासना सिंह जी ने कहा कि जिदा छोटी उम्र दे विच उहनां दी जिहड़ी सिस्टर सी ते उहनां दे मदर ने ही उहनां नूं उहनां दा पालन पोषण कीता और उस तो बाद उहनां दी मदर दी डैथ हुंदी है, ठीक उस तो बाद उहनां जो सिस्टर ने उन्हों का बहुत योगदान रहा इतों तक पहुँचने विच। सो लाइन मिल गई है जी। हैलो उपासना जी। हैलो जी। अच्छा जी, डिस्कनेक्ट हो गया सी जी, फोन कट गया सी जी। तुसी अपनी गल कपिल शर्मा वाली कंटिन्यू करो जी। जी हाँ जी, तो फिर कपिल ने मैंने कहा कि इदा एक रोल है और उदो तक मैं सिंगर सिटी का काम किया, मेरी सिर्फ तारीफ होंगी थी कि उपासना मतलब जेडे मेरे रोल होंगे थे कि तू इनी खूबसूरत है, तेरा ये है, तेरी आईज अच्छी है, तेरा ये अच्छा मतलब, और ए मेरी लगातार इंटरेस्ट थी। मैंने सारे मेरे मेरे हसबेंड ने भी और सारे लोगों ने मैंने कहा कि ये रोल ना करी क्योंकि तुसी जिदा का रोल करते ना लोग उदा का ही तुम देखने लग जाते हैं। तेन बार बार कहोगे की तेरी उम्र इनी है, तेरी तू सोहनी नहीं दिखती, तेरी अखा इदा नहीं है, तू उदा नहीं, लोगों इमेज तेरी खराब रहेगी। पर मैं जो तुम पहला दसिया की मैनू हमेशा अलग तरह के रोल करना और चैलेंजेस लेना मैं बहुत अच्छा लगता है। मैं कह नहीं कोई नहीं 26 एपीसोड है ना, ये भी मैं करके देखूंगी की कितना। हूं तक तो मैं डिफरेंट ही रोल किए थे तरीफा वाले और सारे की मैं मेरे पीछे दो दो तीन तीन लोग लगे हैं और सब, और ये मैं कोई भी इंसान व्याह नहीं करना चाहता इदा का सी। पर वो रोल मैं किया, मैं जो मैनू भी डर सी कि कितने मेरी इमेज खराब ना हो जाए, पर फिर भी मैं रिस्क लिया। मैं जो फर्स्ट एपीसोड किया उस तो बाद फेसबुक इंस्टा ते यू आर लुकिंग सो गुड, यू आर ब्यूटीफुल और इदा दिया सारे मैसेजेस मतलब सारे पॉजिटिविटी के मैसेजेस आने शुरू हो गए और वो मेरा जेड़ा रोल इन्ना वड्डा हिट होया कि मेरी जेड़िया जेड़ा डायलॉग सी कौन है ये आदमी, ओदियां टी शर्ट बन गई, लोग पाके घूमन लग गए अपनी जिंदगी च कौन है ये आदमी, आई एम 22 ईयर ओल्ड हॉट सेक्सी एंड ग्लैमरस इदा बोलन लग गए मतलब वो बहुत। और लोग मैंने कहते थे कि सानू जब असं भूआ कहते ना तो सानू साडी भूआ नी तुहाडा चेहरा सामने याद आ जांदा, मतलब भूआ नाल इन्ना रिलेट हो गया मेरा जी, तो जी, जी। मैंने बड़ी खुशी है कि वो रोल इन्ना लोगों ने पसंद किया और खास उन्होंने ठीक उस तो बाद गलबात जारी रखते हैं जी। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਰਮਜੀਤ ਅਨਮੋਲ, ਮੇਰੇ ਵੱਲੋਂ ਸਤਿੰਦਰ ਵੀਰ ਅਤੇ ਪੰਜਾਬੀ ਬੀਟਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਉਪਾਸਨਾ ਜੀ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ। ਉਪਾਸਨਾ ਜੀ ਬਾਰੇ ਕੁਛ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜੀ। ਬੜੇ ਹੀ ਪਿਆਰੀ ਸ਼ਖਸੀਅਤ ਦੇ ਮਾਲਕ ਨੇ ਔਰ ਹਮੇਸ਼ਾ ਖੁਸ਼ ਰਹਿਣ ਵਾਲੇ ਅਤੇ ਬਹੁਤ ਹੀ ਐਨਰਜੈਟਿਕ। ਜਦੋਂ ਵੀ ਇਹਨਾਂ ਨਾਲ ਕੰਮ ਕੀਤਾ ਤਾਂ ਪੂਰੀ ਮਤਲਬ ਐਨਰਜੀ ਦੇਖਣ ਨੂੰ ਮਿਲਦੀ ਹੈ ਇਹਨਾਂ 'ਚ। ਬੜਾ ਬਾ ਕਮਾਲ ਟਾਈਮਿੰਗ, ਕੋਮਿਕ ਟਾਈਮਿੰਗ ਇਹਨਾਂ ਦੀ ਔਰ ਬਾ ਕਮਾਲ ਸ਼ਖਸੀਅਤ ਦੀ ਮਲਕਾ ਨੇ ਔਰ ਮੇਰੇ ਵੱਲੋਂ ਇਹਨਾਂ ਨੂੰ ਚਰਨ ਪ੍ਰਣਾਮ ਜੀ ਔਰ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ। ਕਰਮਜੀਤ ਭਾਅ ਜੀ, ਪਹਿਲਾਂ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਇੰਨਾ ਪਿਆਰਾ ਮੈਸੇਜ ਭੇਜਿਆ। ਅਤੇ ਹੁਣ ਆਪਾਂ ਉਪਾਸਨਾ ਸਿੰਘ ਜੀ ਤੋਂ ਪੁੱਛਦੇ ਹਾਂ ਕਿ ਇਹ ਜਿਹੜੀ ਟੀਮ ਹੈ ਬਹੁਤ ਹੀ ਐਨਰਜੈਟਿਕ ਟੀਮ, ਗੁਰਪ੍ਰੀਤ ਘੁੱਗੀ ਭਾਅ ਜੀ ਹੋ ਗਏ, ਭੱਲਾ ਜੀ, ਕਰਮਜੀਤ ਅਨਮੋਲ ਹੋ ਗਏ ਅਤੇ ਖਾਸ ਕਰਕੇ ਸਮੀਪ ਕੰਗ, ਇਹਨਾਂ ਦੇ ਨਾਲ ਫਿਰ ਕਿੱਦਾਂ ਕੋਲੈਬੋਰੇਸ਼ਨ ਉਦੋਂ ਹੋਈ ਜਦੋਂ ਤੁਸੀਂ ਫਿਲਮ ਸਟਾਰਟ ਕੀਤੀ ਜੀ? ਪਹਿਲਾਂ ਤਾਂ ਕਰਮਜੀਤ ਜੀ ਵੀ ਮੇਰੇ ਬਹੁਤ ਪਿਆਰ ਔਰ ਥੈਂਕ ਯੂ ਸੋ ਮਚ ਕਰਮਜੀਤ, ਮੇਰੇ ਲਈ ਏਦਾਂ ਸੋਚਦਾ। ਮੈਂ ਜਦੋਂ ਉਹਨਾਂ ਨਾਲ ਕੰਮ ਕੀਤਾ ਸੀ ਫਸਟ ਟਾਈਮ ਡਰੈਗੀ ਕੂਲ ਮੁੰਡੇ ਫੂਲ, ਮੈਨੂੰ ਯਾਦ ਹੈ, ਔਰ ਮੈਨੂੰ ਇੰਨਾ ਮਜ਼ਾ ਆਇਆ ਸੀ ਉਹਨਾਂ ਦੇ ਨਾਲ ਕੰਮ ਕਰਕੇ। ਮੈਨੂੰ ਪਤਾ ਸੀ ਅਰੇ ਵਾਹ, ਮਤਲਬ ਮੈਂ ਉਹਨਾਂ ਨੂੰ ਜਦੋਂ ਵੀ ਕੰਮ ਕੀਤਾ ਔਰ ਸਾਡੀ ਟਾਈਮਿੰਗ ਔਰ ਉਹ ਬਹੁਤ ਮੈਚ ਕਰਦੀ ਹੈ ਮੇਰੀ ਕਰਮਜੀਤ ਦੇ ਨਾਲ, ਔਰ ਉਹ ਬਹੁਤ ਹੀ ਟੈਲੈਂਟਿਡ ਆਰਟਿਸਟ ਨੇ। ਬਿਲਕੁਲ ਜੀ, ਬਿਲਕੁਲ।
बहुत पसंद किए हो जी सब, मैं थे बहुत मेरी फर्स्ट फिल्म जेडी पंजाबी दी पाई तो मैं तो दसिया बदला जट्टी दा वो बहुत चली उस तो बाद में मेरी काफी फिल्मा रही जिदा सूबेदार सरपंच काली अद्दी कर वाली और काफी फिल्मा ते फिर एक दौर ऐसा आया विच जो पंजाबी फिल्मा बहुत वल्गर और चीप डायलॉग्स होने लग गए थे ते मैं छड़ दितियां सी पंजाबी फिल्मा कुछ टाइम ने विच फिर मैं कुछ गैप तो बाद एक फिल्म की थी जिदा नाम थी जाट एंड जूलियट और ओदे च पल्ला जी दे नाल मेरा पेयर और बहुत बहुत लोगों ने पसंद किया और बहुत हिट रही ओ फिल्म दी ना ते फिर तो मैं बहुत सारिया फिल्म डिस्को सिंग और कैरी ऑन जट्टा बधाइयां जी बधाइयां बहुत सारिया फिल्मा कीतियां और समीर जी दे नाल मेरा मैं एक फिल्म कीती सी की मेरी वोटी दा व्याह गुरप्रीत घुग्गी जी सीगे ओदे च मैं और समीर जी ते ओ फिल्म ने बहुत अच्छा बिजनेस कीता सी उदो मैं फर्स्ट टाइम समीर जी नू मिली सी ते ओ तो बाद मैं उनां दे नाल काफी काम कीता और मैं बहुत इंडस्ट्री दे डायरेक्टर्स दे नाल काम कर चुकी हां पर इन्ने ज्यादा फूल और बहुत पेशेंस वाले इंसान और मतलब मैं ऐसा इंसान बहुत ही घट डायरेक्टर्स च इन्नी पेशेंस देखी है ते बहुत मजा आंदा मैनू उन्हां दे नाल काम करके और मैं काफी फिल्मा उन्हां नाल कीतियां फिर जिन्हां दे भी तुसीं नाम ले है गुरप्रीत घुग्गी उन्हां दे नाल असीं मैं स्टेज शोज भी काफी कर चुकी है काफी हिट हिट शोज असीं कीते कैनेडा अमेरिका घुग्गी बेटा चल कनेडा ऐसा करके शो किया सी ओ भी सुपर हिट रहा सी फिर घुग्गी जी दे नाल पल्ला जी दे नाल तां मेरी जोड़ी लोकां ने बहुत ही पसंद कीती मतलब इन्हां दे नाल मैं इन्ना काम कर चुकी है कि मैनूं तां इदां लगदा कि मैं अपनी फैमिली च काम कर रही है मतलब ना और समीर जी दे नाल तां मैं हुण खुद भी फिल्म मैं जदों हुण प्रोड्यूस करन दा सोचिया तां ओह समीर जी ने ही डायरेक्ट कीती मैं उस फिल्म बारे पुछना चाहुंदा जी हां जी 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 दो फिल्मां तुहाडियां आ रहीयां और मैनूं उपासना जी इस वक्त मैसेज भी पहुंचे ने कि अपनी फैमिली बारे तुहाडा बेटा है नानक ओहदे बारे भी दसो और ये जो दो फिल्मां आ रहीयां इहदे बारे भी दसो जी किद्दां दीयां फिल्मां ने मेरा बेटा नानक हुन हीरो आ रहा है और ये एक फिल्म है 11 दियां पौ 12 जेडी की मैं खुद डायरेक्ट कीती है ओदे च पल्ला जी हैगे है चंगा जी है शिविंदर जी और सारे बहुत अच्छा म्यूजिक है ओदे च गिप्पी गरेवाल जी दा रंजीत बावा निंजा नक्षत्र गिल जी सारे मन्नत नूर सारे बेस्ट लोगों ने गाने गाए है बहुत वधिया फिल्म ओ भी बहुत अच्छी फिल्म है और जेडी नानक दी फर्स्ट फिल्म जेडी आएगी जेडी जो इंट्रोड्यूस होएगा ओ फिल्म दा नाम है बाई जी कुट्टंगे एदे च देव खरौल जी और नानक दो हीरो है और समीप कंग जी ने उन्हें डायरेक्ट किया है एदे च गुरप्रीत घुग्गी जी हैगे है हॉबी धारीवाल है मैं हैगी ते फिल्म बहुत बहुत वधिया फिल्म बनी है जिदा रोहित शेट्टी दी फिल्मा होंदी है ना कॉमेडी और एक्शन मैनू लगदा फर्स्ट टाइम पंजाब च ऐसी फिल्म बनी है जिदे च की एक्शन और कॉमेडी दोनों कठिया है एक वक्त नहीं तो एक्शन होंदा है कोई फिल्म च या सिर्फ कॉमेडी होंदी है पर ये एक डिफरेंट तरह की फिल्म है क्योंकि देव खरौल जी नो एक्शन हीरो दे रूप च बहुत लोग लाइक करते हैं ते मतलब पर एदे च उन्हां दी जिहड़ी कॉमेडी तुहानू देखण नू मिलेगी मतलब मैनू लगदा है कि लोकां ने उन्हां दा ये पक्ष देखिया ही नहीं है जिहड़ा जिहड़ा उन्हां ने एदे च परफॉर्म कीता है और फिर नानक एदे च मेरा बेटा हीरो आ रहा है और फिल्म बहुत क्लास बनी है लोगों को बहुत मजा आने वाले है बहुत एक्टिंग वाले है तंदर पता है समीर जी कॉमेडी दे वैसे बहुत मास्टरी है समीर जी अच्छा तुसी देव होना दा देव करौड़ जी दा नाम लिया ते एक मैसेज फिर आपां सुन लिए देव भाजी ने भेजा साडे प्रोग्राम वास्ते ते फिर उस तों बाद कंटिन्यू करदे हां जी ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੇਵ ਕਰੌੜ ਪੰਜਾਬੀ ਬੀਟ ਸੁਣ ਰਹੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਉਪਾਸਨਾ ਜੀ ਇਸ ਸ਼ੋਅ ਦੇ ਵਿੱਚ ਆਏ ਨੇ ਸੋ ਉਪਾਸਨਾ ਜੀ ਨਾਲ ਕੰਮ ਕਰਨ ਦੀ ਬੜੀ ਇੱਛਾ ਸੀਗੀ ਕਿਉਂਕਿ ਮੈਂ ਬਹੁਤ ਵੱਡਾ ਫੈਨ ਇਹਨਾਂ ਦਾ ਰਿਹਾ
ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਇਹਨਾਂ ਨੂੰ ਦੇਖਦੇ ਹੁੰਦੇ ਸੀ ਔਰ ਕਦੇ ਡ੍ਰੀਮ 'ਚ ਨਹੀਂ ਸੋਚਿਆ ਸੀ ਕਿ ਇੱਕ ਦਿਨ ਸਾਨੂੰ ਇੱਦਾਂ ਦਾ ਮੌਕਾ ਮਿਲੂ ਕਿ ਉਪਾਸਨਾ ਜੀ ਨਾਲ ਕੰਮ ਕਰਾਂਗੇ ਤੇ ਉਪਾਸਨਾ ਜੀ ਨੇ ਮੇਰੀ ਫਿਲਮ ਪ੍ਰੋਡਿਊਸ ਕੀਤੀ ਹੈ ਬਾਈ ਜੀ ਕੁੱਟਣਗੇ ਤੇ ਬੜਾ ਵਧੀਆ ਲੱਗਿਆ ਜੀ ਬਹੁਤ ਵਧੀਆ ਮਾਹੌਲ ਇਹਨਾਂ ਨੇ ਸਾਨੂੰ ਉੱਥੇ ਦਿੱਤਾ ਸ਼ੂਟ ਦੇ ਉੱਤੇ ਔਰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਬੜੇ ਖੁਸ਼ ਦਿਲ ਖੁਸ਼ ਮਿਜਾਜ ਨੇ ਹਮੇਸ਼ਾ ਹੱਸਦੇ ਰਹਿੰਦੇ ਨੇ ਸੋ ਮੈਂ ਬਾਰ ਬਾਰ ਇਹਨਾਂ ਨਾਲ ਕੰਮ ਕਰਨਾ ਚਾਹੂੰਗਾ ਕਿਉਂਕਿ ਚਾਹੇ ਕਪਿਲ ਸ਼ਰਮਾ ਸ਼ੋਅ ਹੋਵੇ ਚਾਹੇ ਬਦਲਾ ਜੱਟੀ ਦਾ ਫਿਲਮ ਹੋਵੇ ਸੋ ਉਦੋਂ ਤੋਂ ਇਹਨਾਂ ਦੇ ਅਸੀਂ ਫੈਨ ਹਾਂ ਤੇ ਕਮਾਲ ਦੇ ਐਕਟਰਸ ਨੇ ਔਰ ਇਹਨਾਂ ਨਾਲ ਕੰਮ ਕਰਕੇ ਮੇਰੀ ਐਕਟਿੰਗ ਦੇ ਮੇਰੀ ਪ੍ਰਤਿਭਾ ਦੇ ਵਿੱਚ ਵੀ ਨਿਖਾਰ ਆਇਆ ਸੋ ਉਪਾਸਨਾ ਜੀ ਲਵ ਯੂ ਔਰ ਤੁਹਾਡੇ ਨਾਲ ਮੈਂ ਬਾਰ ਬਾਰ ਕੰਮ ਕਰਨਾ ਚਾਹੂੰਗਾ ਔਰ ਮੇਰੀ ਦਿਲ ਇੱਛਾ ਕਿ ਤੁਸੀਂ ਮੇਰੇ ਲਈ ਇੱਕ ਫਿਲਮ ਹੋਰ ਪ੍ਰੋਡਿਊਸ ਕਰੋ ਥੈਂਕ ਯੂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਦੇਵ ਕਰੋੜ ਅੱਜ ਪਹਿਲੀ ਵਾਰੀ ਐਂਟਰੀ ਹੋਈ ਜੀ ਮੇਰੇ ਸ਼ੋਅ 'ਚ ਪਹਿਲਾਂ ਕਦੀ ਮੈਸੇਜ ਨਹੀਂ ਚੱਲਿਆ ਸੋ ਬਹੁਤ ਬਹੁਤ ਸ਼ੁਕਰੀਆ ਅਤੇ ਹੁਣ ਆਪਾਂ ਉਪਾਸਨਾ ਸਿੰਘ ਜੀ ਤੋਂ ਹੀ ਪੁੱਛਦੇ ਹਾਂ ਬਾਕੀ ਦੀ ਕਹਾਣੀ ਕਿ ਦੇਵ ਭਾਅ ਜੀ ਨਾਲ ਤੁਹਾਡਾ ਹੁਣ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਥੈਂਕ ਯੂ ਦੇਵ ਦੇਵ ਨਾਲ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਕਿਉਂਕਿ ਐਕਟਰ ਤਾਂ ਉਹ ਬਾਕਮਾਲ ਹੈ ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਉਹਨਾਂ ਦੀਆਂ ਸਾਰੀਆਂ ਫਿਲਮ ਖੇਡਿਆ ਲੈਕੀਆ ਲੈ ਲਓ ਤੁਸੀਂ ਡਾਕੂਆਂ ਦਾ ਮੁੰਡਾ ਰੁਪਿੰਦਰ ਗਾਂਧੀ ਹਰ ਫਿਲਮ ਉਹਨਾਂ ਦੀ ਹਿੱਟ ਹੈ ਔਰ ਲੋਕਾਂ ਚ ਉਹਨਾਂ ਦੀ ਬਹੁਤ ਕਰੇਜ਼ ਹੈ ਪਰ ਉਹਨਾਂ ਨੂੰ ਐਜ ਐਕਸ਼ਨ ਹੀਰੋ ਹੀ ਲੋਕਾਂ ਨੇ ਹਾਲੇ ਤੱਕ ਦੇਖਿਆ ਪਰ ਮੈਂ ਤੁਹਾਨੂੰ ਦੱਸਾਂ ਕਿ ਉਹ ਬਹੁਤ ਟੈਲੈਂਟਿਡ ਇਨਸਾਨ ਨੇ ਔਰ ਉਹਨਾਂ ਨੇ ਇੰਨੀ ਵਧੀਆ ਕਾਮੇਡੀ ਕੀਤੀ ਹੈ ਇਸ ਫਿਲਮ ਚ ਕਿ ਲੋਕ ਹੱਸ ਹੱਸ ਕੇ ਮਤਲਬ ਦੋਹਰੇ ਹੋ ਜਾਣਗੇ ਇੰਨਾ ਵਧੀਆ ਔਰ ਇਮੋਸ਼ਨਲ ਸੀਨਸ ਵੀ ਇੰਨੇ ਵਧੀਆ ਕੀਤੇ ਔਰ ਬਹੁਤ ਗੁੱਡ ਲੁਕਿੰਗ ਬਹੁਤ ਵਧੀਆ ਲੱਗੇ ਨੇ ਇਸ ਫਿਲਮ ਚ ਉਹ ਤੇ ਦੇਵ ਨਾਲ ਮੈਨੂੰ ਸਿਰਫ ਐਜ ਏ ਐਕਟਰ ਹੀ ਨਹੀਂ ਪਰ ਉਹ ਐਜ ਹਿਊਮਨ ਬੀਂਗ ਵੀ ਬਹੁਤ ਮਤਲਬ ਜਿੱਦਾਂ ਹੁੰਦਾ ਨਾ ਐਜ ਏ ਪ੍ਰੋਡਿਊਸਰ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਸਟਾਰਸ ਹਨ ਜੇ ਉਹਨਾਂ ਦੇ ਟੈਂਟਰਮ ਕਿੱਦਾਂ ਦੇ ਹੋਣਗੇ ਕਈ ਲੋਕ ਬਹੁਤ ਤੰਗ ਕਰਦੇ ਆ ਜਾਂ ਕਿੱਦਾਂ ਮਤਲਬ ਮੈਨੂੰ ਦੇਵ ਨਾਲ ਕੰਮ ਕਰਨਾ ਬੜਾ ਕੰਫਰਟੇਬਲ ਲੱਗਾ ਉਹਨੇ ਕੋਈ ਮਤਲਬ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦੀ ਹਾਂ ਪਹਿਲੇ ਦਿਨ ਜਦੋਂ ਦੇਵ ਆਏ ਸ਼ੂਟ ਕਰਨ ਮੈਂ ਤਾਂ ਆਪਣੀ ਪ੍ਰੋਡਕਸ਼ਨ ਦੀ ਟੀਮ ਨੂੰ ਪਹਿਲਾਂ ਹੀ ਕਹਿ ਕੇ ਰੱਖਿਆ ਸੀਗਾ ਕਿ ਦੇਵ ਨੂੰ ਕੋਈ ਵੀ ਤੰਗੀ ਨਾ ਹੋਵੇ ਕਿ ਕੋਈ ਵੀ ਮੇਰੇ ਕੋਈ ਐਕਟਰ ਔਰ ਮੇਰੇ ਕੋਈ ਸਟਾਫ ਮੈਂ ਨਹੀਂ ਚਾਹੁੰਦੀ ਕਿ ਕਦੀ ਵੀ ਉਹਨਾਂ ਨੂੰ ਤਕਲੀਫ ਹੋਵੇ ਔਰ ਜੋ ਉਹਨਾਂ ਦੀ ਰਿਕੁਆਇਰਮੈਂਟ ਹੋਵੇ ਤੁਸੀਂ ਉਹਨਾਂ ਨੂੰ ਫੁਲਫਿਲ ਕਰਨਾ ਤੇ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਕਿਹਾ ਕਿ ਉਪਾਸਨਾ ਜੀ ਇਹ ਨਾ ਬੋਡੀ ਗਾਰਡ ਹੈਗਾ ਮੇਰਾ ਤੇ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਨੂੰ ਚਾਹੀਦਾ ਹੈ ਜਾਂ ਨਹੀਂ ਨਹੀਂ ਚਾਹੀਦਾ ਤਾਂ ਤੁਹਾਨੂੰ ਲੋੜ ਨਹੀਂ ਹੈ ਰੱਖਣ ਦੀ ਮੈਂ ਕਿਹਾ ਨਹੀਂ ਦੇਵ ਇੱਥੇ ਬੋਡੀ ਗਾਰਡ ਦੀ ਅਸੀਂ ਦੋ ਸ਼ੂਟ ਕਰ ਰਹੇ ਤਾਂ ਇੱਥੇ ਤਾਂ ਕੋਈ ਖਾਸ ਨਹੀਂ ਕਹਿੰਦੇ ਫਿਰ ਨਾ ਰੱਖੋ ਜੇ ਕੋਈ ਹੋਰ ਹੀਰੋ ਹੁੰਦਾ ਸ਼ਾਇਦ ਤਾਂ ਉਹ ਕਹਿੰਦੇ ਨਹੀਂ 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 ਬੋਡੀ ਗਾਰਡ ਤਾਂ ਮੇਰਾ ਰਹੇਗਾ ਉਹ ਪੁੱਛਣ ਵੀ ਨਹੀਂ ਆਉਂਦੇ ਐਜ ਪ੍ਰੋਡਿਊਸਰ ਮੈਨੂੰ ਉਹ ਕਹਿੰਦੇ ਇਹ ਤਾਂ ਮੇਰਾ ਸਟਾਫ ਹੈ ਇਹ ਤਾਂ ਰਹਿਣਾ ਚਾਹੀਦਾ ਮਤਲਬ ਉਹਨਾਂ ਨੇ ਉਹ ਵੀ ਚੀਜ਼ ਮੈਨੂੰ ਪੁੱਛਿਆ ਤਾਂ ਕਿ ਮਤਲਬ ਜਿੱਦਾਂ ਉਹ ਚਾਹੁੰਦੀ ਨੀ ਕਿ ਪ੍ਰੋਡਿਊਸਰ ਤੇ ਕੋਈ ਵੀ ਦੂਸਰਾ ਲੋਕ ਹੋਏ ਔਰ ਉਹਨਾਂ ਨੇ ਬਹੁਤ ਟਾਈਮ ਦੀ ਪੰਕਚੁਅਲ ਇਕਦਮ ਅੱਛਾ ਕੰਮ ਕਰਨਾ ਔਰ ਬਹੁਤ ਡੀਸੈਂਟ ਇਨਸਾਨ ਡਾਊਨ ਟੂ ਅਰਥ ਇਨਸਾਨ ਮਤਲਬ ਮੈਨੂੰ ਬਹੁਤ ਮਜ਼ਾ ਔਰ ਦੇਵ ਨਾਲ ਡੈਫੀਨੇਟਲੀ ਮੈਂ ਇੱਕ ਹੋਰ ਫਿਲਮ ਪਲਾਨ ਕਰ ਰਹੀ ਹਾਂ ਜਿਹੜੀ ਕਿ ਨਾਨਕ ਔਰ ਦੇਵ ਐਕਸ਼ਨ ਫਿਲਮ ਹੋਏਗੀ ਜਿਹੜੀ ਔਰ ਅਸੀਂ ਜਲਦੀ ਉਹ ਫਿਲਮ ਵੀ ਸਟਾਰਟ ਕਰਾਂਗੇ ਔਰ ਇੱਦਾਂ ਦੇ ਇਨਸਾਨ ਨਾਲ ਮੈਨੂੰ ਲੱਗਦਾ ਹਰ ਪ੍ਰੋਡਿਊਸਰ ਕੰਮ ਕਰਨਾ ਪਸੰਦ ਕਰਦਾ ਉਪਾਸਨਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਸਾਡੀ ਉਮੀਦ ਦੁਆ ਇਹ ਵੀ ਕਿ ਜਿਹੜੀਆਂ ਦੋ ਫਿਲਮਾਂ ਆ ਰਹੀਆਂ ਨੇ ਮੇਰੀ ਸਮੀਪ ਭਾਅ ਜੀ ਨਾਲ ਜਦੋਂ ਇੰਟਰਵਿਊ ਹੋਈ ਸੀ ਤਾਂ ਖਾਸ ਕਰਕੇ ਬਾਈ ਜੀ ਕੁੱਟਣਗੇ ਇਸ ਫਿਲਮ ਦਾ ਜ਼ਿਕਰ ਹੋਇਆ ਸੀ ਸਮੀਪ ਭਾਅ ਜੀ ਵੀ ਬਹੁਤ ਐਕਸਾਈਟਡ ਨੇ ਕਹਿੰਦੇ ਮੇਰੇ ਵਾਸਤੇ ਐਕਸ਼ਨ ਫਿਲਮ ਡਾਇਰੈਕਟ ਕਰਨਾ ਪਲੱਸ ਕਾਮੇਡੀ ਇੱਕ ਨਵਾਂ ਤਜ਼ਰਬਾ ਸੀ ਲੇਕਿਨ ਮੈਂ ਆਪ ਖੁਦ ਉਪਾਸਨਾ ਜੀ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਜੀ ਬਹੁਤ ਵਧੀਆ ਵਧੀਆ ਗੱਲਾਂ ਬਾਤਾਂ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਘੱਟ ਹੁੰਦਾ ਉਹਦੇ ਕਰਕੇ ਲੱਗਦਾ ਲੇਕਿਨ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਰਾਤ ਹੋਈ ਲੇਕਿਨ ਫਿਰ ਵੀ ਤੁਸੀਂ ਜਾਗ ਰਹੇ ਸੀ ਮੇਰੇ ਕਰਕੇ ਸਾਡੇ ਪ੍ਰੋਗਰਾਮ ਕਰਕੇ ਸੋ ਬਹੁਤ ਬਹੁਤ ਧੰਨਵਾਦ ਅਤੇ ਬੈਸਟ ਵਿਸ਼ਿਜ਼ ਫਾਰ ਦਾ ਟੂ ਫਿਲਮਸ ਅਤੇ ਤੁਹਾਡੇ ਜਿੰਨੇ ਵੀ ਹੁਣ ਆਉਣ ਵਾਲੀਆਂ ਫਿਲਮਾਂ ਪ੍ਰੋਗਰਾਮ ਰਿਐਲਿਟੀ ਸ਼ੋਜ਼ ਨੇ ਉਹਦੇ ਵਾਸਤੇ ਵੀ ਬਹੁਤ ਬਹੁਤ ਦੁਆਵਾਂ ਜੀ ਥੈਂਕ ਯੂ ਸੋ ਮਚ ਸਤਿੰਦਰ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਉਪਾਸਨਾ ਜੀ ਥੈਂਕ ਯੂ